ਦੱਸ ਕੀ ਕਰੂਗਾ ਬੰਦਾ, 10-10 ਮਿੰਟਾਂ ਬਾਅਦ ਚਾਹ ਭਾਲਦਾ, ਕਦੇ ਕਹਿੰਦਾ ਦੁੱਧ 'ਚ ਪੱਤੀ ਪਾ ਕੇ ਲਿਆ ਦੇ। ਇਹੋ ਜਿਹਾ ਪ੍ਰਾਹੁਣਾ ਪਤਾ ਨਹੀਂ ਕਿੱਥੋਂ ਆਇਆ, ਕਿੱਦੇ ਨਿਕਲੂਗਾ। 15 ਦਿਨ ਹੋ ਗਏ ਇਹਨਾਂ ਨੂੰ ਆਇਆ ਨੂੰ, ਨਾ ਕੁੜੀ ਜੀ ਦਾ ਦਿਮਾਗ ਕੰਮ ਕਰਦਾ ਵੀ ਇਹਨੂੰ ਲੈ ਕੇ ਫਰਾਰ ਹੋ ਜਾ ਭਾਈ ਉਰੋਂ, ਸਾਡਾ ਵੀ ਖਰਚਾ ਕਰਵਾ ਰੱਖਿਆ। ਦੱਸ ਊਈ ਸੀਂਦ ਆਉਂਦੇ ਨੇ ਪੈਸੇ, ਨਾ ਬੁੜੀ ਜੀ ਨੂੰ ਹੈਗੇ ਮਾੜਾ ਮੋਟਾ ਵੀ ਇਹਨਾਂ ਨੂੰ ਕਹਿਦਾ ਮੈਂ ਮਾੜਾ ਮੋਟਾ ਦਿਮਾਗ ਕੰਮ ਕਰ ਲੂਗਾ, ਇਹਨੂੰ ਭੇਜ ਦੇ ਵਾਪਸ। ਪ੍ਰੀਤ ਨਾਲ ਨਾ ਗੱਲ ਕਰਕੇ ਦੇਖ ਲਾ ਮੈਂ, ਹੈਗੀ ਤਾਂ ਸਿਆਣੀ ਹੈ ਉਹ ਵੀ ਵਿਚਾਰੀ ਕੀ ਕਰੇ। ਪ੍ਰੀਤ ਕੁੜੇ, ਪ੍ਰੀਤ ਉਰੇ ਆ, ਆ ਗਈ। ਕੀ ਹੋ ਗਿਆ ਭਾਬੀ? ਬੈਠ ਮੇਰੀ ਗੱਲ ਸੁਣ, ਮੇਰੀ ਗੱਲ ਦਾ ਗੁੱਸਾ ਤਾਂ ਕਰੀ ਨਾ। ਹਾਲੇ 1.5 ਮਹੀਨਾ ਹੋਇਆ ਤੇਰੇ ਵਿਆਹ ਹੋਏ ਨੂੰ, ਪੜੀਏ ਤੇਰਾ ਪ੍ਰਾਹੁਣਾ ਰੋਜ਼ੇ ਆ ਕੇ ਉਰੇ ਹਣਕਦਾ, ਕੀ ਕਰੂੰਗੀ ਮੈਂ? ਅਸੀਂ ਤਾਂ ਬਾਈ ਬਹੁਤ ਸੇਵਾ ਕਰ ਲਈ, ਹੁਣ ਸਾਡੇ ਤੋਂ ਨਹੀਂ ਸੇਵਾ ਸੁਭਾ ਹੁੰਦੀ, ਹੁਣ ਬੰਦਾ ਕਿੰਨੀ ਕੁ ਸੇਵਾ ਕਰੂਗਾ? ਮੈਨੂੰ ਐਂ ਦੱਸ ਤੂੰ, ਆਹ ਦੇਖ ਲੈ, ਸਵੇਰ ਦੇ ਕੱਪ 6 ਇਕੱਲੇ ਨੇ ਜੂਠੇ ਕਰਤੇ, ਨੀ ਅੱਧੇ ਅੱਧੇ ਘੰਟੇ ਬਾਅਦ ਚਾਹ ਪਾਲਦਾ, ਉਹ ਵੀ ਕੱਲੀ ਕਹਿੰਦਾ ਚਾਹ ਨਹੀਂ ਪੀਂਦਾ ਮੈਂ, ਦੁੱਧ 'ਚ ਪੱਤੀ ਪਾ ਕੇ ਲਿਆਓ। 5 ਕਿਲੋ ਦੁੱਧ ਲਿਆਉਂਦੇ ਉਹ ਦਿੰਦੇ ਰੋਜ਼ ਅਸੀਂ। ਮੈਂ ਕੀ ਕਰਾਂ, ਮੈਂ ਤਾਂ ਆਪ ਇਹਨੇ ਔਖੀ ਕਰਖੀ ਹਾਂ, ਤੇਰੇ ਸਾਹਮਣੇ ਰੋਜ਼ ਹਾੜੇ ਕੱਢਦੀ ਹਾਂ ਵੀ ਚੱਲ ਪੈ ਘਰੇ ਚੱਲ ਪੈ ਘਰੇ, ਪਰ ਇਹ ਤਾਂ ਜਾਣ ਦਾ ਨਾਮ ਹੀ ਨਹੀਂ ਲੈਂਦਾ ਹੈਗਾ। ਨਹੀਂ ਭੈਣੇ ਤੂੰ ਲੈ ਜਾ ਖਿੱਚ ਕੇ, ਫਿਰ ਖਿੱਚ ਕੇ ਮੈਂ ਕਿਵੇਂ ਲੈ ਜਾ ਐਵੇਂ, ਜੇ ਜਾਊਗਾ ਫਿਰ ਇਹ ਹੈ ਨਾ ਭੈਣੇ। ਆਹ ਤਾਂ ਗੱਲ ਵਾਲੀ ਗਲਤ ਹੈ, ਕਦੇ ਕਹਿੰਦਾ ਆਂਡੇ ਲਿਆ ਦਿਓ, ਕਦੇ ਕਹਿੰਦਾ ਮੀਟ ਲਿਆ ਦਿਓ, ਤੈਨੂੰ ਪਤਾ ਤਾਂ ਹੈਗਾ ਹੁਣ ਤੇਰੇ ਬਾਈ ਦੇ ਸੁਭਾਅ ਦਾ ਵੀ ਉਹ ਖਿੱਚਦਾ ਹੈ, ਮੈਨੂੰ ਕਹਿੰਦਾ ਹੁਣ ਤੈਨੂੰ ਮੂੰਹ ਤੇ ਕਹਿ ਨਹੀਂ ਸਕਦਾ ਵੀ ਮੇਰੀ ਭੈਣ ਗੁੱਸਾ ਕਰੂਗੀ। ਤੂੰ ਐਂ ਕਰ, ਤੂੰ ਕਹਿ ਦੇ ਭਾਬੀ ਤੇਰੇ ਗੁੱਸਾ ਨਹੀਂ ਕਰਨਾ ਮੇਰਾ। ਤੂੰ ਕਮਾਲੇ ਕਰਦੀ ਐ, ਮੈਂ ਕਹਿੰਦੀ ਸੋਹਣੀ ਲੱਗੂਗੀ, ਕਹੂ ਗੱਲ ਐ ਮੇਰੇ ਕਹੇ ਤੋਂ ਤਾਂ ਜਾਣਾ ਨਹੀਂ। ਤੁਸੀਂ ਦੋਏ ਆਪਣੇ ਉਹਨੂੰ ਕਹਿ ਦੇ, ਮਾਂ ਨੂੰ ਕਹਿ ਦੇ ਮੇਰੀ ਨੂੰ, ਉਹ ਕਹਿ ਦੂਗੀ। ਨਹੀਂ ਮੇਰੇ ਕਹੇ ਤੋਂ ਤਾਂ ਹਿਲਦਾ ਨਹੀਂ, ਮੈਨੂੰ ਪਤਾ ਹੈ ਉਹ ਇਹੋ ਜਿਹਾ ਹੀ ਹੈਗਾ ਬੰਦਾ। ਕੁੜੇ ਜੇ ਉਹਦਾ ਪਤਾ ਹੁੰਦਾ ਦੇਖ ਕੇ ਵਿਆਹ ਕਰ ਦਿੰਦੇ ਤੇਰਾ, ਹੋਰ ਉਹ ਤਾਂ ਪਾਰ ਡੰਡੀ ਕਰੂਗਾ। ਚੱਲ ਦੇਖਦੇ ਆ ਆ ਭਾਂਡੇ ਧਰੇ ਅੰਦਰ ਜਾ ਕੇ ਬਈ, ਮਾੜਾ ਮੋਟਾ ਕੰਮ ਤੂੰ ਵੀ ਕਰਵਾ ਲਿਆ ਕਰ, ਤੇਰੇ ਪ੍ਰਾਹੁਣੇ ਦੇ ਝੂਠੇ ਭਾਂਡੇ ਨੇ, ਹੁਣ ਮੈਂ ਕੀ ਕੁਛ ਕਰੂੰਗੀ? ਮੈਨੂੰ ਤਾਂ ਦੀ ਭਾਬੀ ਨਵਾਂ ਨਵਾਂ ਆਇਆ ਵਿਆਹ ਹੋਇਆ, ਮਾਂ ਚੱਲ ਕਾਣੋ ਨਾ ਬਈ, ਇਹ ਤਾਂ ਨਹੀਂ ਜਾਂਦੀ। ਜਿਹਦੇ ਦਿਮਾਗ 'ਚ ਕੋਈ ਵਿਚਾਰ ਹੁੰਦਾ ਜਾਣ ਦਾ ਮੈਨੂੰ ਕਹਿ ਨਾ ਜਾਂਦੀ ਵੀ ਅਸੀਂ ਤਾਂ ਜਾਵਾਂਗੇ, ਇਹ ਤਾਂ ਕਹਿੰਦੀ ਤੁਸੀਂ ਦੇਖ ਲਓ ਲੈ। ਬੇਬੇ ਨਾਲ ਗੱਲ ਕਰਕੇ ਦੇਖ ਲੈਂਦੀ ਹਾਂ, ਹੋਰ ਤਾਂ ਕੋਈ ਹੀਲਾ ਵਸੀਲਾ ਹੈ ਨਹੀਂ। ਇਹ ਮੁੰਡੇ ਮਾਰੇ ਹੀ ਭਾਂਡੇ ਕਿਤੇ ਹੀ ਰਹਿ ਗਿਆ ਮੈਂ। ਆਏ ਹਾਏ ਹਾਏ ਹਾਏ, ਆ ਰਹਿ ਗਿਆ ਹਲੇ ਜੂਠਾ, ਇਹ ਤਾਂ ਰਹਿ ਗਿਆ ਪੱਕਾ। ਫੜਾ ਲਿਆ ਕਰ ਬੇਬੇ ਤੂੰ ਵੀ ਮਾੜਾ ਮੋਟਾ ਭਾਂਡੇ ਮੈਨੂੰ, ਹੁਣ ਮੈਂ ਕੀ ਕਰਾਂ ਉੜੇ, ਮੈਂ ਤਾਂ ਥੱਕ ਗਈ ਬਾਈ। ਕੀ ਕਰੀਏ ਭਾਈ, ਮੈਂ ਤਾਂ ਦਿਮਾਗ 'ਚ ਹੀ ਨਹੀਂ ਆਈ ਗੱਲ, ਚੱਕੇ ਹੀ ਸਾਰੇ ਭਾਂਡੇ ਭੁੰਡੇ ਜੂਠੇ ਉਹਦੇ। ਨਹੀਂ ਚੱਕਿਆ ਹੀ, ਪ੍ਰੀਤ ਨੂੰ ਫੜਾਏ ਨੇ, ਮਾਂ ਜਿਆ ਤਾਂ ਮੈਂ ਆਈ, ਮਹਾਂ ਤੂੰ ਚੁਣਿਆ ਬੜਾ ਤਾਂ ਪਾਏ ਨੇ ਤਾਂ ਪ੍ਰਾਹੁਣੇ ਜਿਹੇ ਨੇ, ਹਨਾ ਸ਼ਰਮ ਲਾ ਰੱਖੀ ਹੈ। ਆਪ ਤੋਂ ਵੀ ਆਉਣਾ ਚਾਹੀਦਾ ਜਮਾਈ ਭਾਈ ਨੂੰ ਵੀ 15 ਦਿਨ ਹੋ ਗਏ ਬੈਠੇ ਨੂੰ, ਮੈਂ ਆਪਦੇ ਘਰੇ ਜਾਵਾਂ। ਮੇਰੀ ਗੱਲ ਸੁਣੋ, ਮੈਂ ਤਾਂ ਕਹਿੰਦੀ ਜਿਹੜੇ ਹਿਸਾਬ ਨਾਲ ਰਹਿੰਦਾ ਇਹਨੂੰ ਘਰ ਜਵਾਈ ਰੱਖ ਲਓ, ਅਸੀਂ ਹੋਰ ਘਰ ਪਾ ਲਾਂਗੇ ਕਿਤੇ। ਭਾਈ ਮੈਂ ਹੁਣ ਦੱਸ ਕੀ ਕਹਿ ਸਕਦੀ ਹਾਂ, ਜੇ ਆਪਦਾ ਆਪਾਂ ਕਹਿੰਦੇ ਹਾਂ ਵੀ ਆਪਦੇ ਘਰ ਨੂੰ ਜਾ ਤਾਂ ਅਗਲਾ ਗੁੱਸਾ ਕਰੂਗਾ। ਇਹਦੇ ਮਾਂ ਬਾਪਾਂ ਨੂੰ ਵੀ ਸ਼ਰਮ ਆਉਣੀ ਚਾਹੀਦੀ ਹੈ, ਕਦੇ ਫੋਨ ਲਾ ਕੇ ਨਹੀਂ ਕਿਹਾ ਭਾਈ ਤੂੰ। ਮਾਂ ਬਾਪਾਂ ਨੂੰ, ਮਾਂ ਬਾਪਾਂ ਨੂੰ ਤਾਂ ਮੌਜ ਬਣ ਗਈ, ਉਹਨਾਂ ਨੂੰ ਐ ਵੀ ਨਾਲੇ ਸਾਡੀ ਨੂੰਹ ਨਿਕਲੀ ਨਾਲੇ ਮੁੰਡਾ ਨਿਕਲ ਗਿਆ, ਆਰਾਮ ਨਾਲ 2000 ਰੋਟੀ ਪਕਾ ਪਕਾ ਖਾਂਦੇ ਨੇ ਉਹ ਤਾਂ, ਉਰੇ 5-5 ਕਿਲੋ ਦੁੱਧ ਹੁੰਦਾ, ਰਾਤ ਨੂੰ ਰੋਜ਼ ਰੋਂਦਾ ਤੇਰਾ ਮੁੰਡਾ ਮੇਰੇ ਲਵੇ। ਲੈ ਦੱਸ ਦੱਸ ਕੀ ਕਰੀਏ, ਹੁਣ ਫਿਰ ਕੁੜੀ ਦੂਜੇ ਪਾਸੇ ਮੂੰਹ ਕਰ ਲੂਗੀ, ਇਹ ਗੁੱਸਾ ਕਰੂਗੀ ਜੇ ਇਹਨੂੰ ਕਹਿੰਦੇ ਵੀ ਭਾਈ ਇਹਨੂੰ ਲੈ ਜਾਪਦੇ ਨੂੰ ਤੋਂ। ਬੇਬੇ ਕੁੜੀ ਤਾਂ ਤੇਰੀ ਤੇਰੇ ਵਰਗੀ ਹੈ, ਗੱਲ ਨੂੰ ਟਾਲ ਮਟੋਲੇ ਹੀ ਕਰ ਗਈ, ਮੈਨੂੰ ਕਹਿੰਦੀ ਮਾਮਾ ਦੀਆਂ ਵਿਚਾਰ ਕਰ ਲਓ। ਲੈ ਦੱਸ ਟਾਲ ਮਟੋਲੇ ਤਾਂ ਆਪ ਹੀ ਕਰਨੇ ਨੇਗੇ, ਦੂਜੀ ਗੱਲ ਦੇ ਮਾਂ ਬਾਪ ਨੂੰ ਸ਼ਰਮ ਆਉਣੀ ਚਾਹੀਦੀ ਹੈ ਵੀ ਮੁੰਡੇ ਨੂੰ 15 ਦਿਨ ਹੋ ਗਏ ਬੈਠੇ ਨੂੰ ਸਾਡੇ ਨੂੰ, ਫੋਨ ਫਾਨ ਤਾਂ ਕਰੀਏ ਕੁਛ, ਫਿਰ ਕਹਿੰਦੇ ਨੇ ਯਾਦ ਪੁੱਛਦਾ ਹੀ ਆ ਮਾੜੀਆਂ ਨੇ। ਹੁਣ ਜੇ ਮੈਂ ਕੁਛ ਕਹਿਣ ਲੱਗੀ ਮੈਨੂੰ ਕਹਿਣਗੇ ਇਹ ਆ ਗਈ ਟੋਕਣ ਵਾਲੀ, ਉਹ ਤਾਂ ਦੇਖ ਕੇ ਵਿਆਹ ਕਰਨਾ ਸੀ, ਮੁੰਡੇ ਵੀ ਪਰਖ ਕਰਨੀ ਸੀ ਵੀ ਕਿਤੇ ਜਾ ਕੇ ਤਾਂ ਨਹੀਂ ਬਹਿੰਦਾ ਹੈਗੇ ਲੱਤਾਂ ਪਸਾਰ ਕੇ, ਹਿਲਦਾ ਹੀ ਨਹੀਂ। ਮੇਰੀ ਗੱਲ ਸੁਣ ਲੈ ਪੁੱਤ, ਤੂੰ ਤਾਂ ਬੌਲੀਆਂ ਗੱਲਾਂ ਕਰਦੀਆਂ, ਆਹ ਹੁਣ ਕਿਹੜਾ ਆਪਾਂ ਇਹਨਾਂ ਦੇ ਅੰਦਰ ਵੜੇ ਸੀ, ਭਲਾ ਕਿਸੇ ਦਾ ਕੋਈ ਅੰਦਰ ਵੜ ਕੇ ਟੋਹਿਆਗਾ? ਆਪਾਂ ਤਾਂ ਉੱਤੋਂ ਦੇਖ ਲਿਆ ਵੀ ਹਾਂ ਨਰਮ ਲੱਗਦਾ ਸਿਆਣਾ ਲੱਗਦਾ। ਜਦੋਂ ਪਹਿਲੀ ਵਾਰ ਵਿਆਹ ਹੋਇਆ ਸੀ ਨਾ ਉਦੋਂ ਜਦੋਂ ਇੱਕ ਰਾਤ ਲਾ ਕੇ ਇਹਨੂੰ ਭੇਜ ਦਿੰਦੇ, ਦੁਬਾਰੇ ਇਹਦੀ ਹਿੰਮਤ ਥੋੜੀ ਹੋਣੀ ਸੀ ਇੱਥੇ ਰਹਿਣ ਦੀ, ਇਹ ਤਾਂ ਐਂ ਰਹਿਣ ਲੱਗ ਗਿਆ ਜਿਵੇਂ ਪਰਮਾਨੈਂਟ ਮੁੱਲੇ ਲੈ ਲਿਆ ਹੋਵੇ ਘਰ, ਨਾਲੇ ਬੈੱਡ ਨਹੀਂ ਛੱਡਦਾ, ਏਸੀ ਗੱਡ ਕੇ ਉਂ ਪਿਆ ਰਹੂਗਾ, ਅੱਸੂ ਜਿਹੜਿਆ ਪਿਆ 10 ਅੱਸੂ ਲੰਘ ਗਿਆ ਹੁਣ, ਦੇਸਾਂ ਦਾ ਬਿੱਲ ਆਇਆ ਪਿਆ, ਕਰੀਏ ਵੀ ਕੀ? ਦੱਸ ਇਹਨੂੰ ਆਪ ਨੂੰ ਸ਼ਰਮ ਆਉਣੀ ਚਾਹੀਦੀ ਆ, ਇਹ ਤਾਂ ਇਸੇ ਚੋਂ ਨਿਕਲਦਾ ਨਹੀਂ ਗਾ, ਜਦੋਂ ਵਿਆਹ ਨੂੰ ਆਏਗਾ ਪੁੱਤਖਣ ਦਾ 3ਜੇ 4 ਦਿਨ ਗਿਆ ਕਰੇ, ਇਹ ਨਹੀਂ ਗਿਆ ਕਹਿੰਦਾ ਮੇਰੇ ਤਾਂ ਉਹ ਜੀ ਲੱਗਿਆ। ਮੇਰੇ ਤਾਂ ਹੱਥ ਖੜੇ ਨੇ ਬਈ, ਮੈਥੋਂ ਤਾਂ ਨਹੀਂ ਹੋਰ ਕੱਟੀਆਂ ਜਾਂਦੀਆਂ ਇਹਨਾਂ ਨਾਲ, ਮੈਂ ਲਾਇਆ ਨਹੀਂ 4 ਦਿਨਾਂ ਉਹਦੇ ਪੇਕੇ, ਤੂੰ ਆਪੇ ਮੱਥਾ ਮਾਰੀ ਜਾਈ ਬਈ, ਮੈਂ ਤਾਂ ਨਹੀਂ ਕਰ ਸਕਦੀ। ਹਾੜੇ ਮੇਰੀ ਧੀ ਬਣ ਕੇ ਦੇਖ, ਮੈਥੋਂ ਨਹੀਂ ਇਹ ਸਾਹਮਣੇ ਜਾਣਾ ਗਾ,
मैं तो नहीं तेन जान दी सीधी गल मेरे को मैं फिर आप दो भग जाने आपे पका पका खवाई तो जाऊगी आज तो कर तेरी गल सकीम ठीक है आपे पकाउणगे खाणगे आपां नूं कड़ीका आज तो हो सकता भाई होर तो कोई अपने हाथ खड़े ने होर तो कोई स्कीम नहीं आपां नूं कम करदी दस तपा मारे ने तो कहिंदे हुंदे ने सहुरे घर भाई कुत्ता सहुरे घर जमाई कुत्ता ये तो वह गल भी इहनूं बेबे नहीं भाई हाँ नहीं बदला रखा कादी गल है इहने तो सच्ची दिमाग तू ऐ कर आ गल्लां छड्ड अंदर पे है तू जाके उहनूं कोई ना कोई बहाना तो मार तू ऐ कह कहते बहू नूं तां कम हो गया उहदे पेके जांदी है अच्छा। मैं आपदी भैण कोल जांदी हां मेरी भैण ढिल्ली है तुसीं कहते चार दिन ला आओ फिर आ जाओ देखांगे की कहिंदा दूजी गल फिर मैं भी जाके आने पेके चार दिन लाया वे पुत्र औखा हो जू तेन पता मगरों रहने करन दा बेबे फिर भी तू उठदा पौना है बेबे तू टेंशन कानू लेनी है जे तेनू ऐ डर आवे तेरे बिना किसी ने मीट नहीं देना मीट तो मैं आप ही धर लिया करूंगा बे भाई केड़े मीट मेरे तो दौरा पै जांदा जे मीट नहीं जे करे मीट तो अपने बंद किया होया घरे जोतां लगदियां नाले बेबे तुसी जोतां वाला कमरी साइड ते कर लो मेरा तो नहीं मीट बिना सरदा बे भाई तेनू साड़ी ढिल मठदा तो नहीं हैगा मैं तेन ये गल कहनी पुत्त नाले चार दिन तुम आपके पिंड दस दिन बग जाओ तेन पंद्रह दिन हो गए पुत्त आए ने मैं तेन सियानी गल कहनी आपके माँ बाप का भी पता लै सानू पता है भी तू साडे मोह प्यार दा मारा उरे बैठा है साडा बाला करदा है पर तेन अपने माँ बाप भी चाहिए ने ना चाहिए तो है बबे सारी जिंदगी उन्होंने को ही रहना गा तू ऐ दस एडे वे घर जिंदा लाते सोने ला दिया तुम चार दिन लाओ कोई गल नहीं अस है उरे है कहना ये तो नहीं निकलता बे पुत्त तेन मैं कहनी भी तू असी तो देख अज जावे सस नूं हाँ तो रोटी सब्जी का बहुत औखा हो जूगा कौन तो सब्जी लिया के दिया करूगा सानू तैं तो कहता भी असं रह जाएंगे उरे बेबे तू टेंशन क्यों लैनी कोई ना मैं है मैं आप ही हल कर लूँ तुम जाओ मैं हल तो कर लेंगा तू जमाई भाई इतने सब्जी खरीदा सोहना लगेगा बेबे टेंशन क्यों लैनी कोई ना सारे जान देना मैं फोन करके आप ही सारा कुछ मंगा लिया करूँ तुम जिथे जाना जाओ चाहे दस दिन लाओ मैं तो उरे आप ही आराम कर लूँगा चल ठीक है भाई तेरी मर्जी है पर मैं तो तेन फिर भी कहनी सी भी तू पुत पिंड भी गेड़ा मार फसल बाड़ी का काम है माड़ा मोटा देख मीह कि पै के हटिया माड़ा मोटा तेन नरमे नुरमे का कोई ख्याल ही नहीं है बेबे हैगा बड़ा भाई कोई ना वो आपी राखी रख रहा है मैं उरे हैगा कोई गल मेरी गल सुन पुत बड़ा भाई भी तेन आए आखूगा सहुरिया का बन बैठा भी कला मैनू संभाल गया खेती तो पंद्रह दिन हो गया आया ही नहीं है सोडे घर च पुत फर्क पेगा आए आखन गए भी सस सहुरे तो वह औरदा से सस सियानी थी सस तो कहने भाई बग जा घर में बेबे तू चक्कर क्यों मानती है तू टेंशन ना ले मेरे घर की जिम्मेवारी मेरे ते है ठीक है ना तुसी जा सकते हो जो जाना जाए चल चंगा भाई नले बेबे अज ना कद्दू कर ली मैं अज भरिंडिया खानिया ने बे भाई कद्दू तो कट्टिया भी पिया बेबे ओ आया करी कद्दू तो असं रोज डंगर पाने गए तुम डंगर पा दो भरिंडिया कर लो मैं भरिंडिया जी कर रहा है कोई ना तेन तो बनाने मटर पनीर तू की जानेगा जायो तू आपदे पेके बग जाओ आपदे पेके जांदी है जान दे कोई डिक्का नहीं वा असीं तां आपदे पकावांगे खावांगे मैं तां भी कहा मैं कहा सानूं सब्जी सुब्जी दा औखा हो जाऊगा कहना मैं तां फोन ते सब्जी मंगा लिया करूं उहदे जमी बशर्म की धार रखी आ बस भरावा कोई फायदा नहीं बड़ा तपाया भी प्रौने ने ता
ਨਹੀਂ ਲਪਰੀਤ ਲਪਰੀਤ ਹਾਂ ਉਹ ਜਾਂਦਾ ਨਹੀਂ ਸ਼ੁਕਰ ਹੈ ਅੱਜ ਦਿਨ ਸੋਹਣਾ ਚੜਿਆ ਸੀ ਜਾਂਦਾ ਹੈ ਚੱਲ ਚੱਲ ਸਿਰ ਤਾਂ ਪਲੋਸੇ ਉਹਦਾ ਆ ਜਾ ਜਾ ਤੂੰ ਵੀ ਹੋ ਜਾ ਬੜਾ ਚ ਕੋਲੇ ਵੇ ਪੁੱਤ ਜਾਣਾ ਪ੍ਰੀਤ ਨੂੰ ਲੈ ਜਾ ਨਾਲ ਉਹ ਕੱਲੀ ਵਿਚਾਰੀ ਬੱਸਾਂ ਤੇ ਕਿੱਥੇ ਧੱਕੇ ਖਾਂਦੀ ਆਊਗੀ ਨਾਲੇ ਮੈਂ ਕਹਿੰਦੀ ਸੀ ਬਈ ਆਹ ਚੋਟੀਆਂ ਵਾਲੇ ਜਿਹੜੀ ਹਟ ਕੇ ਨਾ ਇਹਦੇ ਟੋਏ ਟੱਪੇ ਜਿਹੇ ਵਾਲੇ ਹੋ ਰਹੇ ਨੇ ਬੜੇ ਧਿਆਨ ਨਾਲ ਜਾਈ ਮੋਟਰਸਾਈਕਲ ਹੈਗੇ ਫਿਰ ਉਖਲੀ 'ਚ ਵੱਜ ਕੇ ਨਾ ਉਹ ਸਮਾਨ ਸਮੂਨ ਬੈਗ ਬੂਗ ਡਿੱਗ ਜੇ ਕਿਤੇ ਬੈਗ ਤਾਂ ਚੱਕਿਆ ਨਹੀਂ ਬੇਬੇ ਫਸ ਕੇ ਬੈਗ ਲਿਆ ਕੇ ਦੇਖ ਬੇਬੇ ਜਾਂਦਾ ਕਿਹੜਾ ਹੈਗਾ ਇਹ ਤਾਂ ਮੋਟਰਸਾਈਕਲ ਦਾ ਮੈਂ ਇੰਨੇ ਦਿਨ ਹੋ ਗਏ ਉਰੇ ਖੜੇ ਨੂੰ ਮੈਂ ਤਾਂ ਮੋਟਰਸਾਈਕਲ ਦਿਖਾਇਆ ਮੈਂ ਤਾਂ ਮੀਟ ਲੈਣ ਜਾਣਾ ਫਿਰ ਉਹੀ ਜਾਣ ਦੀ ਕਾਹਲੀ ਹੋ ਰਹੀ ਆ ਤੁਹਾਨੂੰ ਲੈ ਬੇਬੇ ਤਿਰਕਾ ਤੁਰਕਾ ਲਾ ਕੇ ਖਾਵਾਂ ਮੀਟ ਹੁਣੀ ਲੈ ਕੇ ਆ ਗਿਆ ਬਸ ਸਾਰਾ ਮੂਹਰੇ ਖਰਾਬ ਕਰਕੇ ਰੱਖਤਾ ਬੇਬੇ ਪਹਿਲਾਂ ਬੰਦੇ ਨੂੰ ਪੁੱਛ ਗਿੱਛ ਤਾਂ ਲਿਆ ਕਰ ਜਾ ਕੇ ਵੀ ਤੂੰ ਜਾਣਾ ਕਿ ਨਾ ਉਈ ਅਗਲਾ ਕੀ ਕਹੂਗਾ ਭਜਾਉਣ ਫਿਰਦੀਆਂ ਨੇ ਨਹੀਂ ਮੈਨੂੰ ਤਾਂ ਐ ਤੇ ਮੈਂ ਖਾ ਉੱਜੜਦਾ ਗਾ ਨਿਕਲਦਾ ਗਾ ਇਹ ਮੈਨੂੰ ਕਿਹੜਾ ਪਤਾ ਸੀਗਾ ਵੀ ਇਹ ਐ ਕਰਦਾ ਗਾ ਮੋਟਰਸਾਈਕਲ ਸਟਾਰਟ ਕਰਕੇ ਦੇਖਦਾ ਮੈਂ ਮੀਟ ਲਿਆਉਣਾ ਹਾਏ ਹਾਏ ਮੈਂ ਮਰ ਜਾ ਤੁਸੀਂ ਵੀ ਬੜੀਆਂ ਤੇਜ਼ ਹੋ ਨਹੀਂ ਮਾਂ ਉਈ ਫਾਲਤੂ ਦੀ ਸਕੀਮਾਂ ਲਾਈ ਜਾਂਦੀਆਂ ਜੇ ਤੈਨੂੰ ਪਤਾ ਤਾਂ ਹੈਗਾ ਢੀਠ ਹੈ ਨੇ ਕਿੱਥੇ ਜਾਣਾ ਇਹ ਨਹੀਂ ਜਾਂਦਾ ਹੈਗਾ 2-2 ਮਹੀਨੇ ਲੈ ਨਾ ਤੇਰੀ ਕੁੜੀ ਦੀ ਜਿਵੇਂ ਸ਼ਰਮ ਉਤਰ ਰਹੀ ਹੈ ਮੇਰੀ ਗੱਲ ਸੁਣ ਲੈ ਤੂੰ ਹੱਸਣ ਲੱਗ ਚੱਲ ਉਹ ਤਾਂ ਹੈਗਾ ਜਿਹਾ ਜਿਹਾ ਹੈਗਾ ਕੁੜੇ ਤੂੰ ਤਾਂ ਮਾੜੀ ਮੋਟੀ ਸੰਗ ਸ਼ਰਮ ਮੰਨ ਤੈਨੂੰ ਅਸੇ ਇੱਥੇ ਬਿਠਾਉਣ ਪਿੱਛੇ ਬਿਆ ਹੈਗਾ ਬੇਬੇ ਮੈਂ ਤਾਂ ਵਗ ਜਾਂਦੀ ਆ ਫਿਰ ਮਗਰੋਂ ਨਾ ਤੁਹਾਨੂੰ ਕੱਲਾ ਤੰਗ ਕਰੂਗਾ ਮੈਂ ਤਾਂ ਕਰਕੇ ਉਰੇ ਬੈਠੀ ਨਹੀਂ ਜੇ ਤੂੰ ਜਾਏਂਗੀ ਤੇਰੇ ਮਗਰ ਫੇਰੇ ਜਾਊਗਾ ਉਰੇ ਬੈਠਾ ਕੀ ਕਰੂ ਇਹਨੂੰ ਨਹੀਂ ਕੋਈ ਹੈਗਾ ਤੂੰ ਉਹਨੂੰ ਐ ਕਹਿ ਦੇ ਕਿ ਮੈਂ ਕੱਲੀ ਨਹੀਂ ਜਾਂਦੀ ਤੇਰੇ ਨਾਲ ਜਾਊਂਗੀ ਮੈਂ ਨਹੀਂ ਬਸ ਉੱਤੇ ਚੜਦੀ ਤੇਰੇ ਸਾਰੇ ਤੂੰ ਹੀ ਠੀਕ ਆ ਸਾਨੂੰ ਨਹੀਂ ਚਾਹੀਦਾ ਇਹ ਜੇ ਪਰੋਣਾ ਪਰੋਣਾ ਉਹਨੂੰ ਆ ਜਾਣ ਦੇ ਬੇਬੇ ਤੁਹਾਡੇ ਸਾਹਮਣੇ ਮੈਂ ਗੱਲ ਕਰਕੇ ਦੇਖ ਲੂੰਗੀ ਉਹਨੂੰ ਕਹੇ ਭਾਈ ਦੇਖ ਮੇਰੀ ਗੱਲ ਸੁਣ ਲਾ ਸਾਡੇ ਹੱਥ ਖੜੇ ਨੇ ਮੇਰੀ ਬਣ ਕੇ ਦੇਖ ਆਪਣੀ ਉਹੀ ਰਿਸ਼ਤੇਦਾਰੀ ਰਹਿ ਜੇ ਤੁਹਾਡੇ ਭਾਈਆਂ ਭਰਜਾਈਆਂ ਵਾਲੀ ਚੱਲ ਮੇਰਾ ਤਾਂ ਕੀ ਹੈ ਬੰਦੇ ਦੀ ਇੱਜ਼ਤ ਘਟ ਜਾਂਦੀ ਹੈ ਘਟ ਜਾਂਦੀ ਹੈ ਮੈਨੂੰ ਕੀ ਬਸ਼ਰਮੀ ਹੁੰਦੀ ਨਹੀਂ ਹੈਗੀ ਮੇਰੀ ਗੱਲ ਸੁਣ ਗਵਾਂਡੇ ਵੀ ਗੱਲਾਂ ਕਰਨ ਲੱਗੇ ਹੁਣ ਤਾਂ ਨਹੀਂ ਭਾਈ ਕੀ ਦੱਸਾਂ ਮੈਂ ਤੈਨੂੰ ਤੜਕੇ ਜਦੋਂ ਮੈਂ ਗੁਰਦੁਆਰੇ ਗਈ ਨਾ ਮੈਨੂੰ ਤੇਰੀ ਤਾਈ ਪਰਸੀਨੀ ਟੱਕਰੀ ਉਹ ਕਹਿੰਦੀ ਤੇਰਾ ਜਮਾਈ ਜਾਂਦਾ ਤੇ ਇੱਥੋਂ ਦੀ ਲੰਘਿਆ ਉਹ ਉਰੀ ਫਿਰਦਾ ਹਲੇ 15 ਦਿਨ ਹੋ ਗਏ ਕਹਿੰਦੀ ਕੁੜੇ ਦੇਖਦੇ ਨੂੰ ਨਹੀਂ ਇੰਨੀ ਸ਼ਰਮ ਆਉਂਦੀ ਹੈ ਇਹਨੇ ਤਾਂ ਲਾ ਰੱਖੀ ਆ ਸੱਚੀ ਨੱਕ ਦਿਖਾਉਣ ਜੋਗ ਰਹੇ ਲੋਕਾਂ ਦੇ ਵਿੱਚ ਅਗਲਾ ਕਹਿੰਦਾ ਤੇ ਜਮਾਈ ਦੇ ਕੋਲ ਇਹ ਤਾਂ ਨੰਗ ਹੈ ਪਤਾ ਨਹੀਂ ਇਹਦੇ ਕੋਲ ਆਏਗਾ ਜਾਂ ਨਹੀਂ ਆਏਗਾ ਕਹੇ ਜੇ ਘਰ ਕੁੜੀ ਵਿਆਹੀ ਇਹਨਾਂ ਨੇ ਐਂ ਸ਼ਰਮ ਆਉਂਦੀ ਸਾਨੂੰ ਤਾਂ ਬੇਬੇ ਫਿਰ ਮੈਨੂੰ ਕੀ ਕਹੀ ਇੰਨੀ ਉਹ ਦੋਈ ਜਣੀ ਮੇਰੇ ਗੱਲ ਪੈ ਰਹੀ ਹੋ ਵੀ ਜਿਵੇਂ ਮੈਂ ਜਾਣ ਕੇ ਬਿਠਾਇਆ ਹੁੰਦਾ ਫੜ ਕੇ ਉਹ ਜੇ ਢੀਠਾ ਨਹੀਂ ਹਿਲਦਾ ਹੈਗਾ ਹੁਣ ਮੇਰਾ ਕੀ ਕਸੂਰ ਹੈ ਚ ਤੇਰੇ ਕਸੂਰ ਦਾ ਤਾਂ ਨਹੀਂ ਪਤਾ ਮੈਨੂੰ ਪਰ ਬੇਬੇ ਇੱਕ ਗੱਲ ਤਾਂ ਹੈਗੀ ਹੈ ਮੇਰਾ ਡੈਡੀ ਤਾਂ ਕਦੇ ਨਹੀਂ ਮੇਰੇ ਨਾਨਕੇ ਜਾ ਕੇ ਐ ਬੈਠਿਆ ਸੀ ਮੇਰੀ ਮਾਂ ਦੀ ਬੇਇੱਜ਼ਤੀ ਉਹਨੇ ਉਹੀ ਨਹੀਂ ਕਦੇ ਕਰਾਈ ਹੈਗੀ ਜਿਹ ਜਿਹਾ ਢੀਠੇ ਹੈ ਭਾਈ ਸਿੱਧੀ ਜੀ ਗੱਲ ਨਾਲੇ ਰਹੀ ਗੱਲ ਮੀਟ ਦੀ ਆਪਦਾ ਤੜਕਾ ਤੁੜਕਾ ਜਾ ਨਾ ਆਪੇ ਚੀਰ ਕੇ ਆਪੇ ਲਾ ਦੇ ਭਾਈ ਆਪਾਂ ਤੋਂ ਤਾਂ ਨਹੀਂ ਮੀਟ ਮੂਟ ਬਣਦੇ ਮੈਨੂੰ ਤਾਂ ਉਹੀ ਮੁਸਕਾਉਂਦੀ ਐ ਚੋਂ ਮੈਂ ਤਾਂ ਦੇਖ ਹੀ ਨਹੀਂ ਸਕਦੀ ਮੈਂ ਤਾਂ ਉਹੀ ਨਹੀਂ ਨੇੜੇ ਲੱਗਦੀ ਭਾਈ ਮੀਟ ਮੂਟ ਦੇ ਫਿਰ ਉਹਨੂੰ ਬਣਾ ਕੇ ਕੌਣ ਦੇਊਗਾ ਫਿਰ ਸਿੱਧੀ ਜੀ ਗੱਲ ਐ ਬੇਬੇ ਕੱਦੂ ਚੀਰੇ ਪਿਆ ਉਹੀ ਧਰ ਲੈ ਆਪਾਂ ਤਾਂ ਕੱਦੂ ਖਾਣਾ ਉਹ ਖਾਉ ਨਹੀਂ ਖਿਸਕੂਗਾ ਇਥੋਂ ਹਾਂ ਲੋੜ ਹੀ ਨਹੀਂ ਆਪਾਂ ਨੂੰ ਕਿਹੜਾ ਬਣਾਵੇ ਦੇ ਵਾਸਤੇ ਮੀਟ ਮੇਰੀ ਗੱਲ ਸੁਣਨੀ ਤੂੰ ਹੀ ਮੱਖਣੀ ਐ ਪਾਪਾ ਦਿੰਨੀ ਐ ਚਾਰ ਮੱਥੇ ਮਾਰਿਆ ਕਰ 2 ਦਿਨ ਨਹੀਂ ਖਾਣਾ ਤੀਜੇ ਦਿਨ ਫਰਾਰ ਹੋ ਜੂ ਪੁੱਤ ਮੈਨੂੰ ਕਿਹੜਾ ਪਤਾ ਸੀ ਵੀ ਐਡਾ ਬਸ਼ਰਮ ਹੈਗਾ ਇਹ ਮੈਂ ਤਾਂ ਮੱਖਣੀ ਆ ਤਾਂ ਪਾਪਾ ਦਿੰਦੀ ਸੀ ਕਦੇ ਸ਼ੱਕਰ ਕੇ ਉਹ ਕਦੇ ਮੱਖਣੀ ਵੀ ਚੱਲ ਆਪਦੇ ਘਰ ਇਸ ਘਰ ਦਾ ਜਮਾਈ ਆ ਆਪਾਂ ਇਹਦੀ ਇੱਜ਼ਤਮਾਨ ਕਰੀਏ ਪਰ ਇੱਜ਼ਤਮਾਨ ਇਹ ਜਿਹਨੂੰ ਕਰਾਉਣੀ ਨਹੀਂ ਆਉਂਦੀ ਜੇ ਆਹੀ ਹਾਲ ਰਿਹਾ ਭਾਈ ਮੈਂ ਤਾਂ ਨਹੀਂ ਜਾ ਸਕਦੀ ਸਾਰੀ ਉਮਰ ਕਿਸੇ ਰਿਸ਼ਤੇਦਾਰੀ 'ਚ ਉਹ ਬਣ ਗਿਆ ਮੀਟ ਇੰਨੇ ਟਾਈਮ ਤਾਂ ਬੱਕਰਾ ਬਣ ਜਾਂਦਾ ਗਾ ਚਾਰ ਸੀਟੀਆਂ ਦਾ ਕੰਮ ਆ ਵੀ ਬਣ ਜੇ ਸੁਣਦਾ ਕੋਈ ਕੀ ਹੋ ਰਿਹਾ ਕਿਉਂ ਜਲੂਸ ਕੱਢ ਰੱਖਿਆ ਦੇਖ ਕਿਵੇਂ ਉੱਚੀ ਉੱਚੀ ਬੋਲੀ ਜਾਂਦੇ ਸ਼ਰਮ ਨਹੀਂ ਆਉਂਦੀ ਕਿੰਨਾ ਟਾਈਮ ਹੋ ਗਿਆ ਮੀਟ ਲਿਆ ਕੇ ਦਿੱਤੇ ਕਾਹਤੋਂ ਮੰਜੇ ਡਾਈ ਪਏ ਨਾਲੇ ਉਹ ਪਤਾ ਨਹੀਂ ਲੱਗਾ ਤਾਂ ਹੈ ਤਾਂ ਸਮਝਦੀ ਹੁਣ ਤੋਂ ਪਚੜ ਗਈ ਮੈਂ ਦੱਸ ਕੀ ਕਰਾਂ ਕੌਣੂ ਪਤਾ ਲੱਗਦਾ ਹੈਗਾ ਸੁਰਤ ਤਾਂ ਹੈ ਨਹੀਂਗੀ ਮੈਂ ਬੇਬੇ ਨੂੰ ਮੀਟ ਫੜਾ ਕੇ ਮੀਟ ਬਣ ਗਿਆ ਨਾ ਤੈਨੂੰ ਸ਼ਰਮ ਨਹੀਂ ਆਉਂਦੀ ਰੋਜ਼ ਮੀਟ ਚੱਕ ਲਿਆਉਣਾ ਰੋਜ਼ ਤੈਨੂੰ ਕੌਣ ਮੀਟ ਖਵਾਊਗਾ ਰੇ ਤੂੰ ਤਾਂ ਚੁੱਪ ਕਰ ਜਾ ਕਰ ਉੱਥੇ ਤਾਂ ਚੱਲ ਨਹੀਂ ਜੇ ਉਰੇ ਮਿਲਦਾ ਉਰੇ ਤਾਂ ਖਾ ਲੈਂਦੇ 2 ਦਿਨ ਮੀਟ ਬੇ ਤੈਨੂੰ ਸ਼ਰਮ ਨਹੀਂ ਆਉਂਦੀ ਮੈਂ ਤੇਰੇ ਨਾਲ ਗੱਲ ਕਰਨ ਆਈ ਸੀ ਚੱਕ ਆਪਦਾ ਜੁਲੀ ਬਿਸਤਰਾ ਸਵੇਰੇ ਚੱਲੀਏ ਪਿੰਡ ਨੂੰ ਨਾਲੇ ਇੰਨੇ ਨਾ ਟਾਈਮ ਸੋਹਰੇ ਨਹੀਂ ਦੇਈਦਾ ਹੁੰਦਾ ਇੱਜ਼ਤ ਘੱਟ ਜਾਂਦੀ ਹੁੰਦੀ ਜਵਾਈ ਦੀ ਉਹ ਰਹਿੰਦਾ ਕਰ ਕਿਹੜੀ ਇੱਜ਼ਤ ਘੱਟਦੀ ਹੁੰਦਾ ਤੂੰ ਚੁੱਪ ਕਰਿਆ ਕਰ ਤੈ ਜਾਣਾ ਬਾਈ ਦਾ ਮੈਥੋਂ ਕੋਈ ਨਹੀਂ ਆ ਮੈਂ ਤਾਂ ਉਰੀ ਰਹੂੰ ਮੈਂ ਇਕੱਲੀ ਕਿਵੇਂ ਜਾਊਂਗੀ ਨਾਲੇ ਪਿੱਛੇ ਤੈਨੂੰ ਪਤਾ ਕਿੰਨਾ ਔਖਾ ਹੋ ਰਿਹਾਗਾ ਉਹ ਕੋਈ ਔਖਾ ਨਹੀਂ ਮੈਂ ਭਾਈ ਨੂੰ ਕਹਿ ਕੇ ਆਇਆ ਉਹ ਆਪੀ ਸਾਮੂ ਖੇਤੀਬਾੜੀ ਤੂੰ ਟੈਨਸ਼ਨ ਨਾ ਲੈ ਨਾ ਵਿਆਹ ਕਾਦੀ ਖਾਤਰ ਕਰਵਾਇਆ ਸੀ ਜੇ ਉਰੀ ਰਹਿਣਾ ਸੀਗਾ ਉਹ ਤੂੰ ਬਾਲਾ ਨਾ ਚਾਵਲ ਚਾਵਲ ਕਰ ਜਾ ਕੇ ਬੇਬੇ ਨੂੰ ਕਹਿ ਮੀਟ ਲੈ ਕੇ ਆਵੇ ਉਹੀ ਤੈਨੂੰ ਮੈਂ ਹੁਣ ਨਾ ਖਵਾਦਾ ਬੱਕਰਾ ਮੈਂ ਪਿਆਰ ਨਾਲ ਬੋਲੀ ਜਾਂਦੀ ਆ ਮਾਂ ਚੱਲ ਸਮਝ ਜੂ ਸਮਝ ਜੂ ਸਮਝ 15 ਦਿਨ ਹੋ ਗਏ ਬੈਠੇ ਨੂੰ ਮੈਂ ਕਹਿੰਦਾ ਤੂੰ ਜਾਣਦੀ ਆ ਕਿ ਨਾ ਕੀ ਚੱਕਾ ਡਾਂਗ ਉਰੋ ਜਾ ਬੇਬੇ ਨੂੰ ਭੇਜ ਲਿਆਵੇ ਮੀਟ ਮੂਟ
ਕਿੰਨਾ ਟਾਈਮ ਹੋ ਗਿਆ ਮੀਟ ਲਿਆ ਤੈਨੂੰ ਮੀਟ ਹੀ ਨਹੀਂ ਕਰਕੇ ਹੋਏ ਇੱਧਰ ਬੋਵਾਂ ਮਰਚਾਂ ਦੇਖੀ ਕਿਵੇਂ ਕੱਟੇ ਵਾਂਗੂ ਰਿੰਗਦਾ ਬਣਿਆ ਮੀਟ ਤਾਂ ਛਿੰਤਰ ਵਰਗੀਆਂ ਕੋਠੇ ਚੜੀਆਂ ਬੈਠੀਆਂ ਨੇ ਮਰਜਾਂ ਕੀ ਕਹਿਣਗੀਆਂ ਸਾਰਾ ਸੁਣ ਲਿਆ ਉਹਨਾਂ ਨੇ ਮੇਰੀ ਗੱਲ ਸੁਣ ਮੇਰੇ ਲਈ ਇੱਕ ਸਕੀਮ ਤਾਂ ਹੈਗੀ ਆ ਬੇਬੇ ਸਕੀਮ ਊਂ ਲਾਇਆ ਮੈਂ ਸਾਹਿਬ ਜਾ ਜੇ ਆਪਾਂ ਸੋਚੀਏ ਜੇ ਆਪਾਂ ਕੋਈ ਇਹੋ ਜਿਹੀ ਚੀਜ਼ ਪਾ ਦਈਏ ਮੀਟ 'ਚ ਵੀ ਇਹਦਾ ਮੀਟ ਤੋਂ ਜੀ ਅੱਕ ਜੇ ਪਰ ਸਮਝ ਨਹੀਂ ਆਉਂਦੀ ਵੀ ਬੇਬੇ ਮਿੱਠਾ ਸੋਡਾ ਪਿਆ ਨਹੀਂ ਆਪਣੇ ਨਹੀਂ ਹਾਂ ਸੱਚੀ ਗੱਲ ਆ ਉਰਿਆ ਕੋਲਾ ਭਰ ਲਿਆ ਮੀਟ ਦਾ ਚਾਰ ਪੰਜ ਚਮਚੇ ਨਾ ਡੱਕ ਕੇ ਸਮਾਰ ਕੇ ਘੋੜ ਕੇ ਲਿਆਈ ਨੂੰ ਵੀ ਤਾਂ ਪਤਾ ਲੱਗੇ ਜਦੋਂ ਲੱਗੀਆਂ ਨਾ ਟੱਟੀਆਂ ਇੱਧਰ ਉੱਧਰ ਗਿਆ ਇਹ ਫੇਰ ਛੱਡੂ ਮੀਟ ਦਾ ਪੈਂਡਾ ਉਹ ਕਹਿੰਦੀ ਫੇਰ ਛੱਡੂ ਮੀਟ ਦਾ ਪੈਂਡਾ ਜੇ ਮੰਜਾ ਹੀ ਭਰਤਾ ਫੇਰ ਦੱਸ ਮੰਜਾ ਮੈਂ ਆਪੇ ਧੋ ਲੂੰਗੀ ਬਸ ਇਹਨੂੰ ਰੁਪਜਾਉਣਾ ਆਪਾਂ ਨੇ ਜਾਂ ਭੱਜਾ ਦੇ ਕੋਈ ਸੱਲੀ ਨਹੀਂ ਕਿਤੇ ਆਪਣੇ ਬਿਸਤਰੇ ਭਰਦੇ ਥੇ ਆਪਾਂ ਬਿਸਤਰਾ ਦਿੰਦੇ ਹੀ ਨਹੀਂ ਜਾ ਤੂੰ ਕੋਲਾ ਭਰ ਕੇ ਲੈ ਕੇ ਪਾਵਾਂਗੇ ਮੇਰੇ ਪਿਓ ਦੇ ਲੱਗਦੇ ਨੂੰ ਹੁਣ ਦੇਖਦੇ ਆ ਕੱਲ ਨੂੰ ਕਿਵੇਂ ਮੀਟ ਬਣਵਾਉਣਾ ਤੂੰ ਮੀਟ ਲਿਆਵੇ ਦਿਓ ਮੈਨੂੰ ਦੁਪਹਿਰੇ ਰੌਲਾ ਪਾ ਰੱਖਿਆ ਢੀਠ ਪਰਾਉਣਾ ਲਿਆਓ ਮੀਟ ਇੰਨਾ ਟਾਈਮ ਹੋ ਗਿਆ ਨਜ਼ਾਰਾ ਗੱਡੀ ਕਰਾ ਲਾਂਗੇ ਪਿੰਡ ਚੋਂ ਪਰ ਇਹਨੂੰ ਭੇਜਣੇ ਭੇਜਣੇ ਆਜਾ ਛੇਤੀ ਭੇਜਦੇ ਆ ਆਉਂਦੇ ਆਉਂਦੇ ਬਈ ਛੇਤੀ ਬੈਗ ਲਿਆ ਕੱਪੜਿਆਂ ਨਾਲ ਚੱਕ ਕੇ ਇਹਨੂੰ ਚੰਗੇ ਡਾਕਟਰ ਦੇ ਦਿਖਾ ਲਓ ਇਹਨੂੰ ਤਾਂ ਨਾ ਮੀਟ ਵੱਧ ਖਾ ਕੇ ਖਾਣ ਕਰਕੇ ਨਾ ਲੈਟਰੀਆਂ ਲੱਗ ਗਈਆਂ ਵਿਚਾਰੇ ਨੂੰ ਹੋਰ ਹੁਣ ਚਲੋ ਜੀ ਖੜੇ ਹੋ ਜਾਓ ਉਹ ਮੇਰੀ ਗੱਲ ਤਾਂ ਸੁਣ ਲਓ ਆਪਦੀ ਭਕਾਈ ਮਾਰੀ ਜਾਂਦੇ ਹੋਗੇ ਮੈਂ ਤਾਂ ਤੁਹਾਨੂੰ ਤਾਂ ਬੁਲਾਇਆ ਵੀ ਮੇਰਾ ਮੰਜਾ ਸ਼ਾਮੇ ਕਰਾ ਦੋ ਮੈਂ ਆਰਾਮ ਕਰਨਾ ਗਾ 10 ਦਿਨ ਹੋਰ ਉਹੀ ਭਕਾਈ ਮਾਰਨ ਤੇ ਲੱਗ ਰਹੇ ਹੋਗੇ 10 ਦਿਨ ਹੋਰ